ਮੇਰੇ ਬੱਚੇ ਨੇ, ਮੇਰੀ ਫੈਮਿਲੀ ਆ, ਤੁਹਾਡੇ ਘਰ ਬੱਚੇ ਹੈ ਨਾ ਸਰ, ਬਿਲਕੁਲ ਸਾਡੀ ਵਾਈਫ ਹੈ ਨਾ, ਬਿਲਕੁਲ ਹੈ, ਤੇ ਤੁਹਾਡੇ ਘਰ ਐਂ ਕੋਈ ਬੈਠਾ ਹੋਵੇ, ਕੋਈ ਆਮ ਆਦ ਵੜ ਕੇ ਆ ਕੇ, ਤੁਸੀਂ ਕਿਵੇਂ ਜੀ ਕਰੋਗੇ? ਬਿਲਕੁਲ ਸਰ ਦੀ ਗੱਲ ਸਹਿਮਤ ਹੈ ਸਰ, ਕੋਈ ਇੱਥੇ ਬਿਲਕੁਲ ਧਿਆਨ ਰੱਖਣਾ, ਸਾਡਾ ਪਰਿਵਾਰ ਆ ਜਿਹੜਾ, ਤੁਸੀਂ ਆ ਕੇ ਦੜ ਦੜ ਕਰਕੇ ਸਵੇਰੇ ਵੜ ਜਾਂਦੇ ਹੋ ਆ ਕੇ, ਕਿਸੇ ਦੀ ਫੈਮਿਲੀ ਆ ਨਾ ਸਰ, ਬਿਲਕੁਲ ਸਰ, ਤੁਹਾਨੂੰ ਬਿਲਕੁਲ ਤੁਹਾਨੂੰ ਇਹ ਲਾਅ 'ਚ ਹੈ ਤੁਹਾਡੇ ਕੋਲ ਇਹ ਅਧਿਕਾਰ, ਕੋਈ ਮੈਂ ਨਸ਼ਾ ਵੇਚਦਾ, ਮੈਂ ਫੀਮ ਵੇਚਦਾ, ਮੈਂ ਕੋਈ ਕ੍ਰਾਈਮ ਕਰਦਾ, ਮੈਂ ਕੋਈ 10 ਨੰਬਰ ਹੀ ਆ, ਤੁਸੀਂ ਕਿਵੇਂ ਆ ਸਕਦੇ ਹੋ ਯਾਰ ਘਰੇ? ਮੈਨੂੰ ਇੱਕ ਰੀਜ਼ਨ ਦਿਓ, ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਮੈਂ ਹੁਣ ਵੀ, ਮੈਂ ਕਿਹਾ ਹੁਣ ਜਾਂਦੇ ਆ ਯਾਰ, ਕਹਿੰਦੇ ਹੁਣ ਕੁਰਸੀਆਂ ਲਾ ਕੇ ਬਹਿ ਗਏ, ਕਿਵੇਂ ਤੁਸੀਂ ਰੋਜ਼ ਆ ਸਕਦੇ ਮੇਰੇ ਘਰ? ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਕੋਲ ਕੋਈ ਕਾਨੂੰਨ ਹੈਗਾ, ਮੈਨੂੰ ਦੱਸ ਦਿਓ। ਮੈਂ ਅਖੀਰ ਅੱਜ ਅੱਕ ਕੇ, ਕਿਉਂਕਿ ਤੁਸੀਂ ਸਾਡੇ, ਪਰ ਯਾਰ ਇਹ ਤੁਸੀਂ ਕਿਵੇਂ ਕਰ ਸਕਦੇ ਹੋ? ਕੀ ਤੁਸੀਂ ਵੜ ਸਕਦੇ ਹੋ ਕਿਸੇ MLA ਦੇ ਘਰੇ, ਆਪਣੇ ਜਿਹੜੀ ਸਰਕਾਰ ਆ, ਗੋਗੀ ਦੇ ਘਰੇ ਵੜੋਗੇ ਤੁਸੀਂ ਜਾ ਕੇ, ਭੋਲੇ ਦੇ ਘਰੇ ਵੜੋਗੇ ਤੁਸੀਂ ਜਾ ਕੇ, ਉੱਥੇ ਖੜੇ ਤਾਂ ਸਲੂਟ ਮਾਰਦੇ ਹੋ ਬਾਹਰ, ਉਰੇ ਤੁਸੀਂ ਕੀ ਕਰ ਰਹੇ ਹੋ? ਮੁਲਾਜ਼ਮ ਨੇ, ਉਹ ਤਾਂ ਵਿਚਾਰੇ ਤੁਹਾਡੇ ਡਰਦੇ ਆ, ਇੱਕ ਕਾਂਸਟੇਬਲ ਤੁਹਾਡੇ ਮੂਹਰੇ ਕੀ ਬੋਲੂਗਾ ਬਈ, ਜਿਹੜੇ ਸਟਾਰ ਲੱਗੇ ਆ ਮੋਢੇ ਹੱਥੀ? ਨਹੀਂ ਸਰ, ਅਸੀਂ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਕਾਨੂੰਨ ਦਾ ਪਤਾ ਹੈ, ਤੁਸੀਂ ਕਿਵੇਂ ਕਿਸਦੇ ਘਰੇ ਵੜ ਜਾਓਗੇ? ਡਿਊਲੀ ਨੋਟਡ ਸਰ, ਨਹੀਂ ਪਰ ਚਲੋ ਹੁਣ ਦੱਸੋ, ਵੀ ਰਿਸਪੈਕਟ